ਜਿਹੜਾ ਵੀ ਗੰਦ ਹੈਗਾ ਕੂੜਾ ਕਟਕੜ ਜਿਹੜਾ ਵੀ ਹੈਗਾ ਉਹ ਲਿਆ ਕੇ ਇੱਥੇ ਇਕੱਠਾ ਕਰ ਦਿੰਦਾ ਵਾ ਤੇ ਬਾਅਦ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਇੱਦਾਂ ਇਹ ਦੂਜੀ ਤੀਜੀ ਵਾਰੀ ਚਾਂਸ ਹੋ ਜਾਂਦੀ ਨਹੀਂ ਮੁੜਦਾ ਪੁਲਿਸ ਵਾਲੇ ਮਾੜਾ ਜਿਹਾ ਨੂੰ ਦਬਕਾ ਮਾਰ ਕੇ ਚੱਲ ਜਾਂਦੇ ਨੇ ਅਤੇ ਫਿਰ ਉਹੀ ਕੰਮ ਆ ਕਦੀ ਮੇਰੀ ਮੋਟਰਸਾਈਕਲਾਂ ਦੀ ਦੁਕਾਨ ਆ ਰਿਪੇਅਰਿੰਗ ਦੀ ਦੁਕਾਨ ਆ ਉੱਥੇ ਰੋਜ਼ ਐਤਵਾਰ ਗੰਦ ਲਾਉਂਦਾ ਵਾ ਅੰਦਰ ਉਹਨਾਂ ਨੂੰ ਵੀ ਪਤਾ ਉਹ ਇਹਨਾਂ ਨੂੰ ਸ਼ਰਾਬ ਪਿਆ ਦਿੰਦਾ ਵਾ ਕੌਣ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਮਾਤਮ ਸਾਧੀ ਬੰਦਾ ਵਾ ਗਰੀਬ ਹੈਗਾ ਵਾ ਉਹ ਕਹਿੰਦੇ ਕੋਈ ਗੱਲ ਪਵਨ ਕੁਮਾਰ ਜੀ ਕੀ ਗੱਲ ਕੀ ਹਾਦਸਾ ਕਿੱਦਾਂ ਹਾਦਸਾ ਇੱਦਾਂ ਹੋਇਆ ਵਾ ਇੱਥੇ ਇੱਕ ਬੰਦਾ ਵਾ 20-25 ਸਾਲ ਹੋ ਗਏ ਉਹਨੂੰ ਇੱਥੇ ਨੂੰ ਪੁਲਿਸ ਵੀ ਨਹੀਂ ਰੋਕਦੀ ਉਹਨੂੰ ਉਹ ਜੋ ਜਲੰਧਰ ਦਾ ਜਿਹੜਾ ਵੀ ਗੰਦ ਹੈਗਾ ਕੂੜਾ ਕਟਕੜ ਜਿਹੜਾ ਵੀ ਹੈਗਾ ਉਹ ਲਿਆ ਕੇ ਇੱਥੇ ਇਕੱਠਾ ਕਰ ਦਿੰਦਾ ਵਾ ਅਤੇ ਬਾਅਦ ਇੱਥੇ ਅੱਗ ਲੱਗ ਜਾਂਦੀ ਹੈ ਅੱਗ ਇੱਦਾਂ ਇਹ ਦੂਜੀ ਤੀਜੀ ਵਾਰੀ ਚਾਂਸ ਹੋ ਚੁੱਕਾ ਵਾ ਚਲੋ ਅੱਗ ਲੱਗ ਜਾਂਦੀ ਹੈ ਇਹ ਫਿਰ ਨਹੀਂ ਮੁੜਦਾ ਪੁਲਿਸ ਵਾਲੇ ਮਾੜਾ ਜਿਹਾ ਨੂੰ ਦਬਕਾ ਮਾਰ ਕੇ ਚੱਲ ਜਾਂਦੇ ਨੇ ਅਤੇ ਫਿਰ ਉਹੀ ਕੰਮ ਆ ਕਦੀ ਮੇਰੀ ਮੋਟਰਸਾਈਕਲਾਂ ਦੀ ਦੁਕਾਨ ਆ ਰਿਪੇਅਰਿੰਗ ਦੀ ਦੁਕਾਨ ਆ ਉੱਥੇ ਰੋਜ਼ ਐਤਵਾਰ ਗੰਦ ਲਾਉਂਦਾ ਵਾ ਮੇਰਾ ਅੰਦਰ ਪੈਟਰੋਲ ਵਾਲਾ ਕੰਮ ਆ ਮੈਨੂੰ ਆਪ ਦਾ ਵੀ ਰਿਸਕ ਹੈਗਾ ਭਾਜੀ ਅੱਜ ਅੱਗ ਲੱਗਣ ਤਿੰਨ ਗੱਡੀਆਂ ਖੜੀਆਂ ਹੁੰਦੀਆਂ ਅੱਜ ਅੱਗ ਲੱਗਣ ਦਾ ਕਾਰਨ ਕੀ ਸੀ ਅੱਗ ਕਾਰਨ ਦਾ ਮੈਂ ਭਾਜੀ ਸਮਾਨ ਲੈਣ ਗਿਆ ਅਸੀਂ ਤੇ ਕਿਸੇ ਨੇ ਮੈਨੂੰ ਫੋਨ ਕੀਤਾ ਕਿ ਤੇਰੀ ਦੁਕਾਨ ਲੱਗ ਕੇ ਅੱਗ ਲੱਗ ਗਈ ਆ ਸ਼ਰਾਬ ਪਿਆ ਦਿੰਦਾ ਵਾ ਕੌਣ ਪੁਲਿਸ ਵਾਲੇ ਕਹਿੰਦੇ ਕੋਈ ਨੀ ਮਾਤਮ ਸਾਧੀ ਬੰਦਾ ਵਾ ਗਰੀਬ ਹੈਗਾ ਵਾ ਉਹ ਕਹਿੰਦੇ ਕੋਈ ਗੱਲ ਨੀ ਅੱਛਾ ਪੁਲਿਸ ਵਾਲੇ ਸ਼ਰਾਬ ਪਿਆ ਜਾਂਦੇ ਇਹਨੂੰ ਪਿਆ ਦਿੰਦੇ ਭਾਜੀ ਅੰਦਰੋਂ ਕਹਿੰਦਾ ਮੇਰੇ ਉਹ ਵਾਗ ਵਾ ਜਿਹੜਾ ਮਰਜ਼ੀ ਮੂੰਹ ਚੱਕਦਾ ਅੰਦਰ ਚੱਲ ਜਾਂਦਾ ਵਾ ਕਿਹੜੀ ਮਾਰਕੀਟ ਨਾਮ ਕੀ ਹੈ ਸੁਧਾਬਾ ਮਾਰਕੀਟ ਤੇ ਕਿੰਨੇ ਕੁ ਜਿਹੜੇ ਅੱਡੇ ਲਗਾਉਂਦੇ ਨੇ ਅੱਡੇ ਭਾਜੀ ਗੁਜਰਾਤੀ ਹੈਗੇ ਕਾਫੀ ਜਾਣੇ ਹੈਗੇ ਆ ਤੇ ਹੁਣ ਕਿਸੇ ਨੁਕਸਾਨ ਹੋਇਆ ਉਦੋਂ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਸ ਪੂਰੇ ਨੂੰ ਅੱਗ ਲੱਗੀ ਹੈ ਜਾਨੀ ਨੁਕਸਾਨ ਤੋਂ ਹੋਣ ਤੋਂ ਬਚ ਗਿਆ ਦੱਸੋ ਸਰ ਜਿਹੜੀ ਡਿਵੀਜ਼ਨ ਨੰਬਰ 4 ਦੇ ਨਾਲ ਜਿਹੜੀ ਮਾਰਕੀਟ ਅੱਗ ਲੱਗੀ ਜਿਹੜੀ ਕੀ ਹੈਗੀ ਮਾਮਲੇ ਕੋਈ ਕੁਆੜ ਕੂੜੇ ਇਕੱਠਾ ਕਰਦੇ ਆ ਜਿਹੜੇ ਮਾਰਕੀਟ ਵਾਲੇ ਜਾਂ ਕੱਪੜਾ ਮਾਰਕੀਟ ਵਾਲੇ ਜਿਹੜੇ ਵੇਸਟ ਕੱਪੜੇ ਬਚਦੇ ਆ ਇਕੱਠਾ ਬੰਨ ਬੰਨ ਕੇ ਰੱਖੀ ਜਾਂਦੇ ਆ ਉਹ ਕਾਫੀ ਢੇਰ ਲੱਗ ਗਿਆ ਉਹਨੂੰ ਫਿਰ ਸ਼ਰਾਰਤੀ ਕੋਈ ਬਾਥਰੂਮ ਕਰ ਬੀੜੀ ਬੁੜੀ ਪੀਣਾ ਹੈ ਉਹਨਾਂ ਨਾਲ ਕਿੰਨਾ ਕੁ ਨੁਕਸਾਨ ਹੋਇਆ ਉਹਦਾ ਨੁਕਸਾਨ ਤਾਂ ਨਹੀਂ ਹੈ ਤਾਂ ਸਾਰਾ ਖਵਾੜ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਇਹ ਅੰਦਰ ਜਿਹੜਾ ਖਲਾਰਾ ਪਿਆ ਵਾ ਕਬਾੜੇ ਸਾਰੇ ਚੱਕਿਆ ਜਾਵੇ ਤੇ ਜਿਹੜੇ ਵੀ ਇੱਥੇ ਕੱਪੜਾ ਰੱਖਦੇ ਨੇ ਤੇ ਬੰਦੀ ਕਾਰਵਾਈ ਕਰਕੇ ਇਹਨੂੰ ਅੰਦਰ ਕਿਸ ਤਰ੍ਹਾਂ ਦੇ ਦਿਓ ਮੋਢੇ ਦੇ ਥਾਂ ਡਿਵੀਜ਼ਨ ਨੰਬਰ 4 ਹੈ ਕਾਫੀ ਉੱਥੇ ਵਹੀਕਲ ਵੀ ਪਏ ਆ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਉਂਕਿ ਨਾਲ ਹੀ ਵਹੀਕਲ ਨਾਲ ਹੀ ਕੂੜਾ ਟਾਈਮ ਸਿਰ ਨਾ ਆਉਂਦੇ ਤਾਂ ਬਹੁਤ ਵੱਡਾ ਹਾਦਸਾ ਹੋਣਾ ਸੀ ਸਾਰੀ ਮਾਰਕੀਟ ਕੋਲ ਥਾਣਾ ਸੀ ਕੋਲ ਵਹੀਕਲ ਖੜੇ ਕਾਰਾਂ ਖੜੀਆਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਐਜ਼ ਅ ਫਾਇਰ ਬ੍ਰਿਗੇਡ ਆਫੀਸਰ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜਿਹੜੇ ਇੱਥੇ ਕੂੜਾ ਵਗੈਰਾ ਲਾਉਂਦੇ ਆ ਉਹਨਾਂ ਨੂੰ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਕਹਿੰਦਾ ਉਹਨਾਂ ਨੂੰ ਪਨਿਸ਼ਮੈਂਟ ਕਹਿੰਦੇ ਕੋਈ ਉਹਨਾਂ ਨੂੰ ਫੜ ਕੇ ਉੱਤੇ ਇੱਕ ਅੱਧੇ ਦੇ ਪਰਚਾ ਦੇਣ ਕਿੰਨੀਆਂ ਗੱਡੀਆਂ ਲੱਗੇ ਉਹਨੂੰ ਗੱਡੀਆਂ 2 ਲੈ ਕੇ ਆਏ ਜੀ